ਦੇਖਦਾ ਹੁੰਦਾ ਉਹ ਸਿਆਸਤ ਦੇ ਵਿੱਚ ਹੁੰਦਾ ਨਹੀਂ, ਜੋ ਹੁੰਦਾ ਉਹ ਦੇਖਦਾ ਨਹੀਂ। ਦੇਖਦਾ ਇਹ ਸੀਗਾ ਕਿ ਤੁਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਹ ਮੰਨਿਆ ਜਾਂਦਾ ਸੀਗਾ, ਅੱਜ ਸਿੱਧੂ ਦੇ ਹੱਕ ਦੇ ਵਿੱਚ ਭੁਗਤ ਰਹੇ ਹੋ। ਸਾਥੀਆਂ ਦੇ ਨਾਲ ਆ, ਜਿੰਦਾ ਤੱਕ ਮੈਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਆ ਸੀ, ਕੋਈ ਗੱਲ ਨਹੀਂ ਹੈਗੀ। ਇਹ ਤੁਹਾਡੇ ਹੀ ਵਿਚਾਰ ਨੇ ਵੀ ਜੀ ਰੋਸ ਗਏ ਜੀ, ਉਹ ਹੋ ਗਿਆ ਜੀ, ਬਿਲਕੁਲ ਕੋਈ ਮਸਲਾ ਨਹੀਂ ਹੈਗਾ। ਸਿੱਧੂ ਸਾਹਿਬ ਨੂੰ ਹਾਈ ਕਮਾਂਡ ਨੇ ਬਣਾ ਕੇ ਭੇਜਿਆ ਨੇ, ਟਵੀਟ ਕੀਤੇ, ਬਿਆਨਬਾਜ਼ੀਆਂ ਦਿੱਤੀਆਂ, ਕਾਫੀ ਕੁਝ ਉਹਦੇ ਵਿੱਚ ਨਿੱਜੀ ਵੀ ਸੀਗਾ, ਚਾਹੇ ਉਹਨੂੰ ਪਬਲਿਕਲੀ ਸਭ ਕੁਝ ਕੀਤਾ। ਕੈਪਟਨ ਅਮਰਿੰਦਰ ਸਿੰਘ ਹੁਣੀ ਇਹ ਚੀਜ਼ਾਂ ਨੂੰ ਮਾਫ਼ ਕਰ ਦੇਣਗੇ, ਭੁੱਲ ਜਾਣਗੇ? ਕੈਪਟਨ ਸਾਹਿਬ ਨੇ ਬੜੀ ਖੁੱਲ੍ਹੇ ਦਿਲ ਦੀ ਗੱਲ ਕੀਤੀ ਆ। ਇਜ਼ ਏ ਗ੍ਰੇਟ ਮੈਨ, ਬੜੇ ਵੱਡੇ ਦਿਲ ਦੇ ਇਨਸਾਨ ਨੇ, ਮਹਾਰਾਜੇ ਨੇ, ਅਤੇ ਉਹਨਾਂ ਨੇ ਜਿਵੇਂ ਪ੍ਰਤਾਪ ਬਾਜਵਾ ਨੂੰ ਹਰ ਚੀਜ਼ ਮਾਫ਼ ਕੀਤੀ ਆ, ਮੇਰਾ ਖਿਆਲ ਕਾਂਗਰਸ ਦੇ ਭਲੇ ਵਾਸਤੇ ਸਿੱਧੂ ਸਾਹਿਬ ਨੇ ਵੀ ਇਹਨਾਂ ਸਾਰੀਆਂ ਗੱਲਾਂ ਕੀਤੀਆਂ ਨੂੰ ਇਗਨੋਰ ਕਰਕੇ ਕਾਂਗਰਸ ਦੇ ਭਲੇ ਵਾਸਤੇ ਇਕੱਠਿਆ ਚੱਲਣਾ ਚਾਹੀਦਾ। ਸੁਪਨੇ ਦਿਖਾਉਣ ਦੀ ਚਰਚਾ ਹੋ ਰਹੀ ਹੈ, ਕਹਿੰਦੇ ਵੀ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਸੁਪਨਾ ਦਿਖਾ ਦਿੱਤਾ ਹੈ ਕਿ ਤੁਸੀਂ ਆਉਣ ਵਾਲੇ ਸਾਡੇ ਮਨਮੋਹਨ ਸਿੰਘ ਹੋ, ਅਤੇ ਇੱਧਰ CM ਸਾਹਿਬ ਨੇ ਕਹਿੰਦੇ ਵੀ ਪ੍ਰਤਾਪ ਬਾਜਵਾ ਨੂੰ ਸੁਪਨਾ ਦਿਖਾ ਦਿੱਤਾ ਕਿ ਪੰਜਾਬ ਦੇ ਆਉਣ ਵਾਲੇ CM ਤੁਸੀਂ ਹੋ, ਸਿੱਧੂ ਨਾਲ ਨਾ ਜਾਇਓ। ਵੀ ਹਾਈਕਮਾਂਡ 'ਚ ਅਤੇ ਸਿੱਧੂ ਸਾਹਿਬ 'ਚ ਕੀ ਗੱਲ ਹੋਈ ਆ, ਜਾਂ ਪ੍ਰਤਾਪ ਬਾਜਵਾ 'ਚ ਸਿੱਧੂ ਕੈਪਟਨ ਸਾਹਿਬ 'ਚ ਕੀ ਗੱਲ ਹੋਈ ਹੈ, ਇਹ ਗੱਲਾਂ 'ਤੇ ਲੋਕਾਂ ਦੀਆਂ ਆਪ ਕਿਆਸ ਰਹੀਆਂ ਨੇ, ਬਾਕੀ ਸਮਾਂ ਦੱਸ ਦੇਗਾ ਵੀ ਕੀ ਹੋਇਆ। ਸਿਆਸਤ ਦੇ ਵਿੱਚ ਜੋ ਦਿਖਦਾ ਹੁੰਦਾ ਏ ਉਹ ਹੁੰਦਾ ਨਹੀਂ, ਅਤੇ ਜੋ ਹੁੰਦਾ ਏ ਉਹ ਦਿਖਦਾ ਨਹੀਂ ਹੁੰਦਾ। ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਚੱਲ ਰਿਹਾ ਏ। ਕੱਲ੍ਹ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਅਤੇ ਨਾਲ 4 ਕਾਰਜਕਾਰੀ ਪ੍ਰਧਾਨ ਲਾ ਦਿੱਤੇ। ਉਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਏ ਕਿ ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਹੋ ਗਿਆ ਏ, ਪਰ ਸਿਆਸੀ ਪੰਡਿਤ ਇਹ ਕਹਿ ਰਹੇ ਨੇ ਕਲੇਸ਼ ਖਤਮ ਨਹੀਂ ਹੋਇਆ, ਕਲੇਸ਼ ਹੁਣ ਸ਼ੁਰੂ ਹੋਇਆ ਏ। ਹੁਣ ਇਸ ਸਭ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਕੀ ਪਲੈਨ ਹੋਵੇਗਾ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਅਗਲਾ ਕੀ ਪਲੈਨ ਹੋਵੇਗਾ, ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਜੋ ਕਿਹਾ ਜਾਂਦਾ ਸੀ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕ ਨੇ, ਪਰ ਅੱਜ ਕੱਲ੍ਹ ਇਹ ਨਵਜੋਤ ਸਿੱਧੂ ਦੇ ਹੱਥ ਖੱਕ ਦੇ ਵਿੱਚ ਭੁਗਤਦੇ ਨਜ਼ਰ ਆ ਰਹੇ ਨੇ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਗਤ, ਧੰਨਵਾਦ ਤੁਸੀਂ ਸਮਾਂ ਦਿੱਤਾ। ਪਹਿਲਾ ਸਵਾਲ ਕਿ ਜੋ ਦਿਖਦਾ ਹੁੰਦਾ ਉਹ ਸਿਆਸਤ ਦੇ ਵਿੱਚ ਹੁੰਦਾ ਨਹੀਂ, ਜੋ ਹੁੰਦਾ ਉਹ ਦਿਖਦਾ ਨਹੀਂ। ਦਿਖਦਾ ਇਹ ਸੀਗਾ ਕਿ ਤੁਸੀਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਮੰਨਿਆ ਜਾਂਦਾ ਸੀਗਾ, ਅੱਜ ਸਿੱਧੂ ਦੇ ਹੱਕ ਦੇ ਵਿੱਚ ਭੁਗਤ ਰਹੇ ਹੋ। ਮੈਂ ਉਹਨਾਂ ਦਾ ਅੱਜ ਵੀ ਉਹਨਾਂ ਦਾ ਸਾਥੀ ਉਹਨਾਂ ਦੇ ਨਾਲ ਹਾਂ, ਜਿੰਦਾ ਤੱਕ ਮੈਂ ਕੈਬਨਿਟ ਮਿਨਿਸਟਰ ਉਹਨਾਂ ਦੇ ਨਾਲ ਹਾਂ ਸੀ, ਕੋਈ ਗੱਲ ਨਹੀਂ ਹੈਗੀ। ਇਹ ਤੁਹਾਡੇ ਹੀ ਵਿਚਾਰ ਨੇ ਵੀ ਜੀ ਰੁੱਸ ਗਏ ਜੀ, ਉਹ ਹੋ ਗਿਆ ਜੀ, ਬਿਲਕੁਲ ਕੋਈ ਮਸਲਾ ਨਹੀਂ ਹੈਗਾ। ਸਿੱਧੂ ਸਾਹਿਬ ਨੂੰ ਹਾਈ ਕਮਾਂਡ ਨੇ ਬਣਾ ਕੇ ਭੇਜਿਆ, ਜਿਹੜਾ ਪ੍ਰਧਾਨ ਬਣ ਕੇ ਆਇਆ ਸੀ ਉਹਨੂੰ ਜੀਆਂ ਆਖਿਆ ਵਾ, ਬਾਕੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਜਿੱਦਾਂ ਬਾਹਰ ਰੌਲਾ ਪੈ ਰਿਹਾ। ਜੋ ਮਹਿਸੂਸ ਕਰਦੇ ਹੋ ਕਿ ਜੋ 4.5 ਸਾਲਾਂ ਦੇ ਵਿੱਚ ਕਮੀਆਂ ਰਹੀਆਂ ਨੇ ਸਰਕਾਰ ਦੀਆਂ, ਉਹ ਵਾਕਈ ਤੁਸੀਂ ਵੀ ਮਹਿਸੂਸ ਕੀਤੀਆਂ? ਮੈਂ ਇੱਕ ਦੋ ਜਗ੍ਹਾ ਤੁਹਾਡੇ ਬਿਆਨ ਵੀ ਸੁਣੇ ਨੇ ਕਿ ਵਾਕਈ ਕਮੀਆਂ ਰਹੀਆਂ ਨੇ ਸਾਡੇ ਕੋਲ। ਚਲੋ ਕਈ ਗੱਲਾਂ ਰਹਿੰਦੀਆਂ, ਪਰ ਕਈ ਪ੍ਰਾਪਤੀਆਂ ਵੀ ਕੀਤੀਆਂ ਨੇ, ਪਰ ਕਾਂਟੋ ਕੋਲ ਛੇਡਾ ਨਹੀਂ ਜਿੰਨਾ ਆਮ ਲੋਕਾਂ ਨੇ ਪ੍ਰਚਾਰ ਕਰ ਰਿਹਾ, ਉਹੋ ਜਿਹੀ ਕੋਈ ਗੱਲ ਨਹੀਂ। ਜਿਸ ਤਰੀਕੇ ਨਾਲ ਨਵਜੋਤ ਸਿੱਧੂ ਵਰਸਿਸ ਕੈਪਟਨ ਅਮਰਿੰਦਰ ਸਿੰਘ ਦਿਖਾਈ ਦੇ ਰਿਹਾ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਇਹ ਕੰਸੂਹਾਂ ਖਤਮ ਹੋ ਜਾਣਗੀਆਂ ਅਤੇ ਇੱਕੋ ਮੰਚ ਦੇ ਉੱਪਰ ਦੇਖਣ ਨੂੰ ਮਿਲਣਗੇ? ਦੇਖੋ, ਇੱਕੋ ਮੰਚ 'ਤੇ ਮੰਚ ਦੇਖਣੇ ਜਾਣੇ ਜ਼ਰੂਰੀ ਨੇ, ਜੇ ਨਾ ਦੇਖੇਗੇ ਤਾਂ ਕਾਂਗਰਸ ਦਾ ਫਿਰ ਫਾਇਦਾ ਬਹੁਤਾ ਨਹੀਂ ਹੋਊਗਾ। ਇਹ ਹਾਈਕਮਾਂਡ ਦਾ ਫੈਸਲਾ ਹੋਊਗਾ, ਹਾਈਕਮਾਂਡ ਦੀ ਸਿਆਣਪ ਹੋਊਗੀ ਵੀ ਕਿਸ ਤਰ੍ਹਾਂ ਉਹਨਾਂ ਨੂੰ ਇੱਕੋ ਸਟੇਜ 'ਤੇ ਲਿਆ ਕੇ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਜਿਹੜੀ ਆ, ਜਾਂ ਪੰਜਾਬ ਦੀ ਆਉਣ ਵਾਲੀ ਸਰਕਾਰ 22 ਵਿੱਚ ਕਿਸ ਤਰ੍ਹਾਂ ਕਾਂਗਰਸ ਦੀ ਬਣਦੀ ਆ, ਇਹਨਾਂ ਦੋਵਾਂ ਨੂੰ ਇਕੱਠਿਆਂ ਤੋਰਨਾ ਬਹੁਤ ਜ਼ਰੂਰੀ ਆ। ਹਰੀਸ਼ ਰਾਵਤ ਹੋਣੀ ਜਿਸ ਦਿਨ ਆਏ ਆ, ਜਿਸ ਦਿਨ ਨਵਜੋਤ ਸਿੱਧੂ ਦੀਆਂ ਚਰਚਾਵਾਂ ਸੀ ਕਿ ਪ੍ਰਧਾਨ ਲੱਗਣਾ, ਉੱਧਰੋਂ ਹਰੀਸ਼ ਰਾਵਤ ਹੋਣਾ ਨਾਲ ਮਿਲੇ ਕੈਪਟਨ ਅਮਰਿੰਦਰ ਸਿੰਘ, ਕੈਪਟਨ ਸਾਹਿਬ ਨੇ ਕਿਹਾ ਕਿ ਮੈਨੂੰ ਹਾਈਕਮਾਨ ਦਾ ਹਰ ਫੈਸਲਾ ਮਨਜ਼ੂਰ ਹੋਊਗਾ ਅਤੇ ਉਸ ਤੋਂ ਬਾਅਦ ਪ੍ਰਧਾਨ ਬਣੇ ਨੇ ਨਵਜੋਤ ਸਿੰਘ ਸਿੱਧੂ, ਤਾਂ ਲੱਗਦਾ ਹੈ ਕਿ ਹੁਣ ਜਿਹੜੀ ਮਾਫ਼ੀ ਵਾਲੀ ਗੱਲ ਚੱਲ ਰਹੀ ਹੈ ਕਿ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਮੈਂ ਫੇਰ ਮੀਟਿੰਗ ਕਰੂੰਗਾ, ਕੈਪਟਨ ਸਾਹਿਬ ਕਹਿ ਰਹੇ ਨੇ ਨਵਜੋਤ ਸਿੱਧੂ ਮਾਫ਼ੀ ਮੰਗਣਗੇ, ਜੇ ਕੈਪਟਨ ਸਾਹਿਬ ਨੇ ਵੱਡਾ ਦਿਲ ਦਿਖਾਇਆ ਤਾਂ ਨਵਜੋਤ ਸਿੱਧੂ ਚੁੱਕਣਗੇ? ਦੇਖੋ, ਇਹ ਉਹਨਾਂ ਦੀ ਦੋਵਾਂ ਦਾ ਆਪਸ ਮਸਲਾ ਵਾ, ਕੀ ਮੈਨੂੰ ਇਹ ਵੀ ਨਹੀਂ ਪਤਾ ਵੀ ਕੈਪਟਨ ਸਾਹਿਬ ਨੇ ਮਾਫ਼ੀ ਮੰਗਵਾਈ, ਉਹਦੀ ਗੱਲ ਵੀ ਕੀਤੀ ਕਿ ਨਹੀਂ ਕੀਤੀ। ਅਖਬਾਰਾਂ 'ਚ ਮੀਡੀਆ 'ਚ ਸੁਣਨ ਡੇ ਹਾਂ, ਮੇਰੇ ਨਾਲ ਡਾਇਰੈਕਟ ਕੋਈ ਗੱਲ ਨਹੀਂ ਹੋਈ। ਬਾਕੀ ਇਹ ਸਾਰਾ ਕੀ ਕਰਨਾ, ਕਿਸ ਤਰ੍ਹਾਂ ਕਰਨਾ, ਇਹ ਹਾਈਕਮਾਂਡ ਦਾ ਕੰਮ ਹੈ, ਉਹ ਹਾਈਕਮਾਂਡ ਦੇਖੇਗੀ। ਜਿਸ ਤਰੀਕੇ ਨਾਲ ਬਾਜਵਾ ਸਾਹਿਬ, ਸਿੱਧੂ ਸਾਹਿਬ ਨੇ ਟਵੀਟ ਕੀਤੇ, ਬਿਆਨਬਾਜ਼ੀਆਂ ਦਿੱਤੀਆਂ, ਕਾਫੀ ਕੁਝ ਉਹਦੇ ਵਿੱਚ ਨਿੱਜੀ ਵੀ ਸੀਗਾ, ਚਾਹੇ ਉਹਨੂੰ ਪਬਲਿਕਲੀ ਸਭ ਕੁਝ ਕੀਤਾ, ਕੈਪਟਨ ਅਮਰਿੰਦਰ ਸਿੰਘ ਹੋਣੀ ਇਹ ਚੀਜ਼ਾਂ ਨੂੰ ਮਾਫ਼ ਕਰ ਦੇਣਗੇ, ਭੁੱਲ ਜਾਣਗੇ? ਦੇਖੋ, ਕੈਪਟਨ ਸਾਹਿਬ ਨੇ ਬੜੀ
ਖੁੱਲ੍ਹੇ ਦਿਲ ਦੀ ਗੱਲ ਕੀਤੀ ਆ। ਇਜ਼ ਏ ਗ੍ਰੇਟ ਮੈਨ, ਬੜੇ ਵੱਡੇ ਦਿਲ ਦੇ ਇਨਸਾਨ ਨੇ, ਮਹਾਰਾਜੇ ਨੇ, ਅਤੇ ਉਹਨਾਂ ਨੇ ਜਿਵੇਂ ਪ੍ਰਤਾਪ ਬਾਜਵਾ ਨੂੰ ਹਰ ਚੀਜ਼ ਮਾਫ਼ ਕੀਤੀ ਆ, ਮੇਰਾ ਖਿਆਲ ਕਾਂਗਰਸ ਦੇ ਭਲੇ ਵਾਸਤੇ ਸਿੱਧੂ ਸਾਹਿਬ ਨੇ ਵੀ ਇਹਨਾਂ ਸਾਰੀਆਂ ਗੱਲਾਂ ਕੀਤੀਆਂ ਨੂੰ ਇਗਨੋਰ ਕਰਕੇ ਕਾਂਗਰਸ ਦੇ ਭਲੇ ਵਾਸਤੇ ਇਕੱਠਿਆਂ ਚੱਲਣਾ ਚਾਹੀਦਾ। ਪ੍ਰਤਾਪ ਬਾਜਵਾ ਨੂੰ ਤਾਂ ਉੱਧਰੋਂ ਇਹ ਦਿਸਦਾ ਨਾ ਕਿ ਜੇ ਨਵਜੋਤ ਪ੍ਰਧਾਨ ਬਣ ਗਏ ਨੇ ਤਾਂ ਇੱਧਰੋਂ ਮੇਰੀ ਮੇਰਾ ਪੱਤਾ ਕੱਟਿਆ ਜਾਣਾ ਅਤੇ ਹੁਣ ਕੈਪਟਨ ਵੱਲ ਹੀ ਹੋ ਜਾਂਦੇ ਆ। ਚਲੋ ਇਹ ਹੋ ਸਕਦੀ ਗੱਲ, ਪਰ ਸਾਰਿਆਂ ਦਾ ਭਲਾ ਇਸੇ ਗੱਲ 'ਚ ਹੀ ਹੋਵੇਗਾ ਜੇ ਕਿਸੇ ਦੇ ਮਨ 'ਚ ਚੀਫ ਮਿਨਿਸਟਰੀ ਹੈ, ਭਾਵੇਂ ਏ ਬੀ ਸੀ, ਕਿਸੇ ਦੇ ਮਨ 'ਚ ਚੀਫ ਮਿਨਿਸਟਰੀ ਹੈ, ਉਹ ਤਾਂ ਹੀ ਮਿਲੇਗੀ ਜੇ ਕਾਂਗਰਸ ਦੀ ਪਾਰਟੀ ਜਿੱਤੇਗੀ। ਫਿਰ ਚੀਫ ਮਿਨਿਸਟਰ ਕਿੰਨੇ ਬਣਨਾ ਹੈ ਤਾਂ ਸੋਨੀਆ ਜੀ ਦਾ ਫੈਸਲਾ ਵਾ, ਹਾਈਕਮਾਂਡ ਦਾ ਫੈਸਲਾ ਵਾ, ਉਹ ਕਿਸੇ ਨੂੰ ਵੀ ਬਣਾ ਸਕਦੀ, ਕੈਪਟਨ ਸਾਹਿਬ ਨੂੰ ਬਣਾ ਸਕਦੀ ਹੈ, ਉਹ ਸਿੱਧੂ ਸਾਹਿਬ ਨੂੰ ਬਣਾ ਸਕਦੀ ਹੈ ਜਾਂ ਕਿਸੇ ਹੋਰ ਨੂੰ ਬਣਾ ਸਕਦੀ ਹੈ, ਇਹ ਤਾਂ ਹਾਈਕਮਾਂਡ ਦਾ ਫੈਸਲਾ ਵਾ। ਸੁਪਨਿਆਂ ਦੀ ਸੁਪਨੇ ਦਿਖਾਉਣ ਦੀ ਚਰਚਾ ਹੋ ਰਹੀ ਹੈ, ਕਹਿੰਦੇ ਵੀ ਹਾਈਕਮਾਨ ਨੇ ਨਵਜੋਤ ਸਿੱਧੂ ਨੂੰ ਸੁਪਨਾ ਦਿਖਾ ਦਿੱਤਾ ਹੈ ਕਿ ਤੁਸੀਂ ਆਉਣ ਵਾਲੇ ਸਾਡੇ ਮਨਮੋਹਨ ਸਿੰਘ ਹੋ, ਅਤੇ ਇੱਧਰ ਸੀ ਐੱਮ ਸਾਹਿਬ ਨੇ ਕਹਿੰਦੇ ਵੀ ਪ੍ਰਤਾਪ ਬਾਜਵਾ ਨੂੰ ਸੁਪਨਾ ਦਿਖਾ ਦਿੱਤਾ ਕਿ ਪੰਜਾਬ ਦੇ ਆਉਣ ਵਾਲੇ ਸੀ ਐੱਮ ਤੁਸੀਂ ਹੋ, ਸਿੱਧੂ ਨਾਲ ਨਾ ਜਾਇਓ। ਦੇਖੋ ਇਹ ਤਾਂ ਲੋਕਾਂ ਦੀਆਂ ਕਿਆਸ ਰਹੀਆਂ ਨੇ, ਬਾਕੀ ਮੈਨੂੰ ਨਹੀਂ ਪਤਾ ਵੀ ਹਾਈਕਮਾਨ 'ਚ ਅਤੇ ਸਿੱਧੂ ਸਾਹਿਬ 'ਚ ਕੀ ਗੱਲ ਹੋਈ ਹੈ, ਜਾਂ ਪ੍ਰਤਾਪ ਬਾਜਵਾ 'ਚ ਸਿੱਧੂ ਕੈਪਟਨ ਸਾਹਿਬ 'ਚ ਕੀ ਗੱਲ ਹੋਈ ਹੈ, ਇਹ ਗੱਲਾਂ ਤਾਂ ਲੋਕਾਂ ਦੀਆਂ ਆਪ ਕਿਆਸ ਰਹੀਆਂ ਨੇ, ਬਾਕੀ ਸਮਾਂ ਦੱਸ ਦੇਗਾ ਵੀ ਕੀ ਹੋ ਰਿਹਾ। ਕਈ ਸੀਨੀਅਰ ਲੀਡਰ ਜਿਹੜੇ ਪਰਿਵਾਰ ਦੇ ਨਾਲ ਜੁੜੇ ਸੀਗੇ ਪਿਛਲੇ 25-30 ਸਾਲਾਂ ਤੋਂ ਕਾਂਗਰਸ ਦੇ ਨਾਲ ਜੁੜੇ ਸੀਗੇ, ਤੁਹਾਡਾ ਕਾਫੀ ਲੰਬਾ ਇਤਿਹਾਸ ਰਿਹਾ ਕਾਂਗਰਸ ਦੇ ਵਿੱਚ, ਤੁਸੀਂ ਨਹੀਂ ਮਹਿਸੂਸ ਕੀਤੇ ਕਰਦੇ ਕਿ ਪੁਰਾਣਿਆਂ ਨੂੰ ਇਗਨੋਰ ਕਰਕੇ 2017 'ਚ ਆਏ ਇੱਥੇ ਨਵਜੋਤ ਸਿੱਧੂ ਨੂੰ ਪ੍ਰਧਾਨ ਲਾ ਦਿੱਤਾ? ਚਲੋ ਇਹ ਗੱਲਾਂ ਜਾ ਕੇ ਹਾਈਕਮਾਂਡ ਨਾਲ ਕਰਾਂਗੇ, ਟੀ ਵੀ ਰਾਹੀਂ ਕਰਨ ਵਾਲੀਆਂ ਗੱਲਾਂ ਨਹੀਂ ਹੈਗੀਆਂ, ਜਿਹੜੀ ਗੱਲ ਹੋਏਗੀ ਉਹ ਜਾ ਕੇ ਹਾਈਕਮਾਂਡ ਨੂੰ ਸਾਹਮਣੇ ਰੱਖਾਂ। ਇਸ ਤਰੀਕੇ ਨਾਲ 1-to-1 ਤਾਂ ਤੁਹਾਡਾ ਪਹਿਲਾਂ ਵੀ ਹਾਈਕਮਾਨ ਦੇ ਨਾਲ ਹੋਇਆ, ਕੋਈ ਇਸ ਤਰੀਕੇ ਦੀ ਗੱਲ ਹੋਈ ਹੈ ਕਿ ਤੁਸੀਂ ਪੁਰਾਣਿਆਂ ਨੂੰ ਇਗਨੋਰ ਕਰਕੇ ਨਵਿਆਂ ਨੂੰ ਲਿਆ ਰਹੇ ਹੋ ਅਤੇ ਨੁਕਸਾਨ ਹੋ ਸਕਦਾ ਇਹਦਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੋਈ, ਕੋਈ ਗੱਲ ਮੇਰੇ ਵੱਲੋਂ ਕੋਈ ਗੱਲ ਨਹੀਂ, ਸ਼ਾਇਦ ਕਿਸੇ ਹੋਰ ਨੇ ਕੀਤੀ, ਮੈਂ ਨਹੀਂ ਕੀਤੀ। ਇੱਕ ਤਾਂ ਕੈਪਟਨ ਸਾਹਿਬ ਨੇ ਵੀ ਚਿੱਠੀ ਲਿਖੀ ਕਿ ਪ੍ਰਧਾਨ ਬਣਾਉਣ ਨਾਲ ਨੁਕਸਾਨ ਹੋ ਜੂ ਪਾਰਟੀ ਨੂੰ, ਤੁਸੀਂ ਮਹਿਸੂਸ ਕਰਦੇ ਹੋ ਕਿਉਂਕਿ ਤੁਹਾਡਾ ਲੰਬਾ ਤਜ਼ਰਬਾ ਰਿਹਾ ਕਾਂਗਰਸ ਦੇ ਵਿੱਚ? ਜੀ, ਜਿਹੜਾ ਕਾਂਗਰਸੀ ਉਹ ਤਾਂ ਉਹਨੇ ਕਾਂਗਰਸ 'ਚ ਰਹਿਣਾ ਵਾ, ਕਾਂਗਰਸ ਦੇ ਭਲੇ ਵਾਸਤੇ ਉਹਨੇ ਕੰਮ ਕਰਨਾ ਵਾ, ਸੋ ਸਾਰਿਆਂ ਜਣਾਂ ਦਾ ਹੁਣ ਫਰਜ਼ ਬਣਦਾ ਵੀ 22 ਵਿੱਚ ਕਾਂਗਰਸ ਦੀ ਸਰਕਾਰ ਬਣੇ, ਉਦੋਂ ਪਿੱਛੋਂ ਦੀਆਂ ਗੱਲਾਂ ਨੇ, ਫਿਰ ਕੀ ਹੁੰਦਾ ਕੀ ਨਹੀਂ ਹੁੰਦਾ ਉਦੋਂ ਪਿੱਛੋਂ ਦੀਆਂ ਗੱਲਾਂ ਨੇ। 2017 ਦੇ ਵਿੱਚ ਜਿਸ ਤਰੀਕੇ ਨਾਲ ਵਾਅਦੇ ਕੀਤੇ ਗਏ, ਜਿਹੜੇ ਮੁੱਦਿਆਂ ਦੇ ਉੱਪਰ ਚੋਣ ਲੜੀ ਗਈ, ਉਹ ਮੁੱਦੇ ਬੜੇ ਭਾਰੇ ਸੀਗੇ, ਉਹ ਮੁੱਦੇ ਹੱਲ ਨਹੀਂ ਹੋਏ ਹੁਣ 4.5 ਸਾਲਾਂ ਦੇ ਵਿੱਚ, ਹਾਲਾਂਕਿ ਹਾਈਕਮਾਂਡ ਕਹਿ ਰਹੀ ਹੈ ਕਿ ਮੁੱਦੇ ਹੱਲ ਕਰੋ ਅਤੇ ਆਪਾਂ ਛੇਤੀ ਅਗਲੇ ਪਾਸੇ ਇਸ ਤੋਂ ਤੁਰੀਏ, ਤਾਂ 22 ਦੇ ਵਿੱਚ ਹੁਣ ਕਿਹੜੇ ਵਾਅਦੇ ਕਰੋਗੇ ਜਿਹੜੇ ਪਹਿਲੇ ਨੇ ਕੀਤੇ ਪੂਰੇ, ਅਤੇ ਹੁਣ ਕਿਹੜੇ ਵਾਅਦੇ ਕਰੋਗੇ ਫਿਰ ਅੱਗੇ? ਅਤੇ ਉਹ 22 'ਚ ਮੈਂ 17 'ਚ ਵੀ ਮੈਂ ਵਾਅਦੇ ਨਹੀਂ ਸਨ ਕੀਤੇ, ਅਤੇ 22 'ਚ ਵੀ ਮੈਂ ਕਿਸੇ ਪੁਜੀਸ਼ਨ 'ਚ ਨਹੀਂ ਮੈਂ ਜਿਹੜੇ ਵਾਅਦੇ ਕਰਾਂਗਾ, ਜਿਹੜਾ ਪੁਜੀਸ਼ਨ 'ਚ ਹੋਏਗਾ ਉਹ ਆਪੇ ਦਾ ਕੋਈ ਗੱਲ ਕਰੇਗਾ ਜਾਂ ਉਹ ਗੱਲ ਕਰੇਗਾ। 2022 ਦੇ ਵਿੱਚ ਚਿਹਰਾ ਕਿਹਨੂੰ ਤੁਸੀਂ ਦੇਖਣਾ ਪਸੰਦ ਕਰੋਗੇ? ਇਹ ਹਾਈਕਮਾਂਡ ਦਾ ਕੰਮ ਆ, ਹਾਈਕਮਾਂਡ ਨੇ ਫੈਸਲਾ ਕਰਨਾ, ਮੇਰੀ ਨਹੀਂ ਕਿਸੇ ਨੇ ਸੁਣਨੀ ਜਾਂ ਮੇਰੀ ਗੱਲ ਨਹੀਂ ਕਿਸੇ ਨੇ ਮੰਨਣੀ, ਹਾਈਕਮਾਂਡ ਦਾ ਫੈਸਲਾ, ਹਾਈਕਮਾਂਡ ਜਿਹੜੇ ਨੂੰ ਫੈਸਲਾ ਕਰੇਗੀ ਅਸੀਂ ਉਹਦੇ ਨਾਲ ਤੁਰਾਂਗੇ, ਉਹ ਕੈਪਟਨ ਸਾਹਿਬ ਵੀ ਹੋ ਸਕਦੇ ਨੇ, ਉਹ ਹੋਰ ਵੀ ਕੋਈ ਹੋ ਸਕਦਾ, ਜਿਹਨੂੰ ਕੋਈ ਫੈਸਲਾ ਕਰਨਗੇ ਉਹਦੇ ਨਾਲ ਤੁਰਾਂਗੇ। ਨਿਰਸਵਾਰਥ ਹੋ ਕੇ ਤੁਰੋਗੇ? ਹਾਂਜੀ, ਨਿਰਸਵਾਰਥ ਹੋ ਕੇ ਤੁਰੋਗੇ? ਜੇ ਕੋਈ ਵੀ ਆਉਂਦਾ, ਕੈਪਟਨ ਆਉਂਦੇ ਨੇ, ਸਿੱਧੂ ਆਉਂਦਾ ਜਾਂ ਤੀਸਰਾ ਬੰਦਾ ਕੋਈ ਆਉਂਦਾ, ਕੋਈ ਜਿਹੜਾ ਆਏਗਾ ਉਹਨੂੰ ਉਹਦੇ ਅੱਗੇ ਸਿਰ ਚੁਕਾਵਾਂਗੇ। ਇੱਕ ਗੱਲ ਇਹ ਵੀ ਹੁੰਦੀ ਹੈ ਕਿ ਲੋਕਾਂ ਦਾ ਜਿਹੜਾ ਵਿਊ ਪੁਆਇੰਟ ਰੱਖਿਆ ਹੁੰਦਾ ਆ, ਉਹ ਬੜਾ ਮਾਇਨੇ ਰੱਖਦਾ ਕਿ ਲੋਕ ਕੀ ਕਹਿੰਦੇ ਨੇ। ਅੱਜ ਦੇ ਟਾਈਮ ਦੇ ਵਿੱਚ ਕੀ ਮਹਿਸੂਸ ਕਰ ਰਹੇ ਹੋ, ਕਿਉਂਕਿ ਤੁਸੀਂ ਵੀ ਹਲਕੇ ਦੇ ਵਿੱਚ ਰਹਿੰਦੇ ਹੋ, ਤੁਹਾਡੇ ਹਲਕੇ ਦੇ ਵਿੱਚ ਲੋਕ ਕੀ ਮਹਿਸੂਸ ਕਰਦੇ ਨੇ, ਜਾਂ ਪੰਜਾਬ ਦੇ ਲੋਕ ਕੀ ਮਹਿਸੂਸ ਕਰਦੇ ਨੇ ਨਵਜੋਤ ਸਿੱਧੂ ਜਾਂ ਕੈਪਟਨ ਅਮਰਿੰਦਰ ਸਿੰਘ? ਹੁਣ ਜਦੋਂ ਲੋਕਾਂ 'ਚ ਜਾਵਾਂਗੇ, ਸਿੱਧੂ ਸਾਹਿਬ ਬਣੇ ਨੇ, ਲੋਕਾਂ 'ਚ ਜਾਵਾਂਗੇ ਉਦੋਂ ਮਹਿਸੂਸ ਕਰਾਂਗੇ, ਪੁੱਛਾਂਗੇ ਵੀ ਕੀ ਲੋਕਾਂ ਦੇ ਮਨ 'ਚ ਕੀ ਹੈਗਾ, ਅਜੇ ਬਹੁਤ ਗੇਤਰਾ ਕਹਿਣਾ ਹੋਏਗਾ ਜਿਵੇਂ ਗੱਲ ਕਰਾਂਗਾ, ਜਦੋਂ ਪੰਜਾਬ ਜਾਵਾਂਗੇ ਲੋਕਾਂ 'ਚ ਬਹਿਣਾ ਕਰਾਂਗੇ, ਫਿਰ ਉਹਦੇ ਬਾਰੇ ਫਿਰ ਰਿਸਰਚ ਕਰਾਂਗੇ। 2017 ਦੇ ਵਿੱਚ ਵੀ ਮੈਂ ਤੁਹਾਡੇ ਨਾਲ ਇੰਟਰਵਿਊ ਕੀਤਾ ਸੀਗਾ, ਤੁਸੀਂ ਉਹਦੇ ਵਿੱਚ ਪੈਂਦੀ ਸੱਟੇ ਕਹਿ ਦਿੱਤਾ ਸੀਗਾ ਕਿ ਸਾਡੀ ਸਰਕਾਰ ਬਣੀ ਸਮਝੋ, ਲੋਕ ਸਾਡੇ ਨਾਲ ਆ, ਲੋਕ ਪਿਛਲੀਆਂ ਸਰਕਾਰਾਂ ਤੋਂ ਅੱਕ ਚੁੱਕੇ ਆ, ਹੁਣ 4 ਮਹੀਨੇ ਰਹਿ ਗਏ ਨੇ ਚੋਣਾਂ ਦੇ ਵਿੱਚ, ਤੁਸੀਂ ਇਹ ਗੱਲ ਕਹਿ ਸਕਦੇ ਹੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਸਰਕਾਰ ਬਣਾ ਲਾਂਗੇ, ਅਸੀਂ ਰਿਪੀਟ ਕਰ ਜਾਂਗੇ? ਬਿਲਕੁਲ, ਹੁਣ ਜਿਹੜੀ ਲੀਡਰਸ਼ਿਪ ਹੈ ਉਹ ਕੈਪਟਨ ਸਾਹਿਬ ਅਤੇ ਸਿੱਧੂ ਸਾਹਿਬ ਦੀ ਰਲ ਕੇ ਲੀਡਰਸ਼ਿਪ ਹੈ, ਇਹਨਾਂ ਦੀ ਜੋੜੀ ਥੱਲੇ ਕਾਂਗਰਸ ਅੱਗੋਂ ਜ਼ਰੂਰ ਜਿੱਤੇਗੀ। ਕਹਿੰਦੇ ਕਿ ਧੌਣ 'ਚ ਸਰੀਏ ਬਹੁਤ ਮੋਟੇ ਆ, ਇਹ ਕਿੱਦਾਂ ਝੁਕਣਗੇ, ਲਿਫਣੇ ਨਹੀਂ ਹੈ ਕਹਿੰਦੇ? ਨਹੀਂ, ਬੜੀ ਗਲਤ ਫਹਿਮੀ ਹੈ, ਜਿਹੜੀ ਜ਼ਰੂਰਤ ਹੈ ਉਹ ਬਹੁਤ ਕੁਛ ਕਰਾ ਦਿੰਦੀ ਹੈ, ਜ਼ਰੂਰਤ ਹੀ ਪ੍ਰਤਾਪ ਬਾਜਵਾ ਨੂੰ ਕੈਪਟਨ ਸਾਹਿਬ ਦੇ ਘਰ ਲੈ ਕੇ, ਸੋ ਜ਼ਰੂਰਤ ਬਹੁਤ ਕੁਛ ਕਰਾ ਦਿੰਦੀ ਹੈ, ਸ਼ਾਇਦ ਬਹੁਤ ਕੁਛ ਹੋ ਜਾਵੇ। ਹੁਣ ਜ਼ਰੂਰਤ ਕਿਹਨੂੰ ਆ, ਨਵਜੋਤ ਸਿੱਧੂ ਨੂੰ ਕਿ ਕੈਪਟਨ ਸਾਹਿਬ ਨੂੰ? ਸਮਾਂ ਦੱਸੇਗਾ ਕਿਹਦੀ ਕਿੰਨੀ ਜ਼ਰੂਰਤ ਹੈ, ਪਰ ਮੇਰੇ ਖਿਆਲ ਰਲ ਕੇ ਤੁਰਨਾ ਸਭ ਦੀ ਜ਼ਰੂਰਤ ਹੈ, ਕਾਂਗਰਸ ਦੀ ਸਰਕਾਰ ਬਣਾਉਣੀ ਸਭ ਦੀ ਜ਼ਰੂਰਤ ਹੋਣੀ ਚਾਹੀਦੀ ਹੈ, ਅੱਗੋਂ ਚੀਫ ਮਿਨਿਸਟਰ ਬਣਾਉਣਾ ਹਾਈਕਮਾਂਡ ਦਾ ਕੰਮ ਹੈ।
ਇਹ ਵੀ ਚਰਚਾਵਾਂ ਚੱਲ ਰਹੀਆਂ ਕਿ ਹਾਈ ਕਮਾਂਡ ਇਸ ਵਾਰ ਚਿਹਰਾ ਸ਼ਾਇਦ ਨਾ ਦੇਵੇ ਚੋਣਾਂ ਦੇ ਵਿੱਚ, ਹਾਈਕਮਾਨ ਦੇ ਸਿਰ ਦੇ ਉੱਪਰ ਹੀ ਚੋਣ ਲੜੀ ਜਾ ਸਕਦੀ ਹੈ, ਚਿਹਰਾ ਸਰਕਾਰ ਜੇ ਬਣਦੀ ਹੈ ਤਾਂ ਉਹਦੇ ਉਸ ਤੋਂ ਬਾਅਦ ਚਿਹਰਾ ਦਿੱਤਾ ਜਾ ਸਕਦਾ। ਤੁਸੀਂ ਹਾਈਕਮਾਨ ਦੀਆਂ ਗੱਲਾਂ ਮੈਨੂੰ ਕਿਉਂ ਪੁੱਛਦੇ ਹੋ, ਤੇ ਹਾਈਕਮਾਨ ਹੀ ਦੱਸ ਸਕਦਾ। ਦੇਖੋ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਹਾਈਕਮਾਨ ਦੇ ਨਾਲ ਸਾਰਾ ਲੈਣ ਦੇਣ ਸਾਡਾ ਹਾਈਕਮਾਨ। ਨਹੀਂ, ਹਾਈਕਮਾਨ ਜੋ ਹਾਈਕਮਾਨ ਕਿਸੇ ਨੂੰ ਚਿਹਰਾ ਬਣਾ ਕੇ ਭੇਜੇਗਾ ਅਸੀਂ ਉਹਦੇ ਨਾਲ ਤੁਰਨਾ ਹੀ ਤੁਰਨਾ। ਤੁਹਾਡਾ ਸੁਝਾਅ ਬੜਾ ਮਾਇਨੇ ਰੱਖਦਾ ਬਾਜਵਾ ਸਾਹਿਬ, ਤੁਸੀਂ ਪੁਰਾਣੇ ਲੀਡਰ ਹੋ। ਮੇਰਾ ਮੈਂ ਏਡਾ ਕੋਈ ਗ੍ਰੇਟ ਆਦਮੀ ਜਦ ਐਸਾ ਰੱਬ ਨਹੀਂ ਹੈਗਾ ਵੀ ਜੋ ਮੈਂ ਕਹਿਣਾ ਹੋਣਾ। ਮੈਂ ਵੀ ਇੱਕ ਕਰੋੜਾਂ ਵਿੱਚੋਂ ਇੱਕ ਛੋਟਾ ਜਿਹਾ ਕਾਂਗਰਸ ਵਰਕਰ ਹਾਂ, ਬਾਕੀ ਦੁਨੀਆ ਬਹੁਤ ਪਰੇ ਪਈ ਪਰੇ ਤੇ ਪਰੇ ਪਈ ਆ। ਜਦੋਂ ਕੋਈ ਸਾਨੂੰ ਪੁੱਛੂਗਾ ਉਦੋਂ ਉਹਨਾਂ ਨੂੰ ਹਾਈਕਮਾਂਡ ਨੂੰ ਰਾਏ ਦੇ ਦਿਆਂਗੇ, ਹਜੇ ਨਾ ਸਾਨੂੰ ਕੋਈ ਪੁੱਛਿਆ ਨਾ ਗੱਲਾਂ ਬਾਤ। ਬਾਕੀ ਪਹਿਲਾਂ ਰਲ ਮਿਲ ਕੇ ਸਰਕਾਰ ਪਾਰਟੀ ਦੇ ਜਿਤਾਈਏ, ਪਾਰਟੀ ਜਿੱਥੋਂ ਤਾਂ ਪਿੱਛੋਂ ਹੀ ਚੀਫ ਮਿਨਿਸਟਰ ਦਾ ਸਵਾਲ ਉੱਠਣਾ, ਫਿਰ ਉਦੋਂ ਇਹ ਗੱਲ ਕੀਤੀ ਸੀਗੀ। ਬਹੁਤ ਅਰਲੀ ਹੈ ਗੱਲ ਕਹਿਣਾ ਵੀ ਕਿਹਨੂੰ ਹੋਣਾ ਚਾਹੀਦਾ ਕਿਹਨੂੰ ਨਹੀਂ ਹੋਣਾ। ਪਾਰਟੀ ਜਿੱਤ ਵੱਲ ਕਿਵੇਂ ਜਾਊਗੀ? ਲੋਕ ਬੜੇ ਖਫਾ ਨੇ ਬਾਜਵਾ ਸਾਹਿਬ, ਅਸੀਂ ਵੀ ਲੋਕਾਂ 'ਚ ਵਿਚਰਦੇ ਹਾਂ, ਉਹ ਕਹਿੰਦੇ ਵੀ ਕੈਪਟਨ ਸਾਹਿਬ ਨੇ ਕੀਤਾ ਕੁਛ ਨਹੀਂ ਸਾਢੇ 4 ਸਾਲਾਂ ਦੇ ਵਿੱਚ, ਫਿਰ ਕਿਵੇਂ ਤੁਸੀਂ ਸਮਝਾਓਗੇ, ਵਿਸ਼ਵਾਸ ਕਿਵੇਂ ਲੋਕਾਂ 'ਚ ਬਣਾ ਲਓਗੇ? ਚਲੋ ਤੁਹਾਨੂੰ ਸਮਾਂ ਦੱਸੇਗਾ, ਜਦੋਂ ਕੈਪਟਨ ਸਾਹਿਬ ਅਤੇ ਸਿੱਧੂ ਸਾਹਿਬ ਰਲ ਕੇ ਤੁਰਨਗੇ ਜਿੱਤਾਂਗੇ ਅਤੇ ਬੜੀ ਸ਼ਾਨੋ ਸ਼ੌਕਤ ਨਾਲ ਜਿੱਤਾਂਗੇ। ਅੱਛਾ ਨਵਜੋਤ ਸਿੱਧੂ, ਤੁਹਾਡੀ ਬਹੁਤ ਰਿਸਪੈਕਟ ਕਰਦੇ ਨੇ ਗੱਲਾਂ ਗੱਲਾਂ ਦੇ ਵਿੱਚ, ਅਸੀਂ ਵੀ ਜਦੋਂ ਗੱਲਬਾਤ ਕਰਦੇ ਹਾਂ ਤੁਹਾਡੀ ਬਹੁਤ ਰਿਸਪੈਕਟ ਕਰਦੇ ਨੇ, ਤੁਸੀਂ ਕਦੀ ਨਵਜੋਤ ਸਿੱਧੂ ਨੂੰ ਕਿਹਾ ਕਿ ਹਾਂ ਠੀਕ ਹੈ ਹੁਣ ਜੋ ਕੁਛ ਹੋਣਾ ਸੀ ਪਿੱਛੇ ਹੋ ਗਿਆ ਅਤੇ ਆਓ ਹੁਣ ਨਵਜੋਤ ਕੈਪਟਨ ਸਾਹਿਬ ਦੇ ਨਾਲ ਜੱਫੀ ਪਾ ਲਈਏ, ਮਾਫ਼ੀ ਮੰਗ ਲਓ, ਫਿਰ ਕਿਹੜੀ ਗੱਲ ਹੈ, ਛੋਟੇ ਹੋ ਤੁਸੀਂ? ਚਲੋ ਮੈਂ ਮੇਰੀ ਹਜੇ ਬਹੁਤ ਲੰਮੀ ਕੋਈ ਮੀਟਿੰਗ ਨਹੀਂ ਹੋਈ, ਅੱਜ ਪਹਿਲੇ ਦਿਨ ਮੇਰੇ ਨਾਲ ਇੱਥੇ ਘਰ ਆਏ ਨੇ ਸਾਰੇ ਲੋਕਾਂ ਦੇ ਵਿੱਚ ਮਿਲੇ ਆ, ਜਦੋਂ ਕੋਈ ਵੱਖਰਾ ਮੀਟਿੰਗ ਹੋਊਗੀ ਫਿਰ ਦੇਖਾਂਗੇ ਵੀ ਕੀ ਕਰਨਾ ਅਤੇ ਕੀ ਨਹੀਂ ਕਰਨਾ। ਮੇਰਾ ਖਿਆਲ ਹੈ ਕਾਂਗਰਸ ਵਾਸਤੇ ਹਰ ਕੁਰਬਾਨੀ ਦੇਣ ਲਈ ਸਾਨੂੰ ਤਿਆਰ ਹੋਣਾ ਚਾਹੀਦਾ, ਸਾਨੂੰ ਐਸੀ ਕੋਈ ਗੁਨਾਹ ਨਹੀਂ। ਜੇ ਕੈਪਟਨ ਸਾਹਿਬ ਦੇ ਘਰ ਜਾਣਾ ਪਏ ਤਾਂ ਕੋਈ ਗੁਨਾਹ ਵੀ ਕੋਈ ਨਹੀਂ ਹੈਗਾ, ਮੇਰੀ ਸੋਚ ਇਹ ਆ, ਬਾਕੀ ਫੈਸਲਾ ਸਿੱਧੂ ਸਾਹਿਬ ਦਾ ਹੋਏਗਾ। ਤੁਹਾਡਾ ਕਿਉਂ ਵਿਚਾਰ ਬਦਲ ਗਏ ਇੱਕਦਮ? ਜਿਵੇਂ ਕੈਪਟਨ ਸਾਹਿਬ, ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ ਕੈਪਟਨ ਸਾਹਿਬ ਦੀ ਸੱਜੀ ਬਾਂਹ ਤੁਹਾਨੂੰ ਕਿਹਾ ਜਾਂਦਾ ਸੀਗਾ, ਤਾਂ ਤੁਸੀਂ ਅੱਜ ਸਿੱਧੂ ਵੱਲ ਖੜੇ ਹੋ, ਨਵਜੋਤ ਕੈਪਟਨ ਸਾਹਿਬ ਵੱਲ ਕਿਉਂ ਨਹੀਂ ਖੜੇ? ਸਿੱਧੂ ਵੱਲ ਨਾ, ਸਿੱਧੂ ਸਾਹਿਬ ਵੱਲ ਖੋਤਾ ਨਾ ਕਿਸੇ ਦੇ ਖਿਲਾਫ ਖਲੋਤਾ, ਮੈਂ ਕਾਂਗਰਸ ਵਰਕਰ ਹਾਂ ਛੋਟਾ ਜਿਹਾ, ਮੈਂ ਕਾਂਗਰਸ ਦੇ ਭਲੇ ਲਈ ਖਲੋਤਾ ਵਾਂ। ਲੋਕਾਂ ਦੇ ਵਿੱਚ ਨਾ ਇੱਕ ਸਰ ਇਹ ਮੈਸੇਜ ਗਿਆ ਕਿ ਜਦੋਂ ਪ੍ਰਧਾਨਗੀ ਹੈ ਹੁਣ ਦੇ ਦਿੱਤੀ ਹੈ, ਕਹਿੰਦੇ ਵੀ ਮਸਲੇ ਉਦੋਂ ਚੱਕੇ ਬੇਦਬੀ ਦਾ ਚੱਕਿਆ, ਉਦੋਂ ਬਿਜਲੀ ਦਾ ਚੱਕਿਆ, ਪਾਣੀ ਦਾ ਚੱਕਿਆ, ਹੋਰ ਵੱਡੇ ਵੱਡੇ ਮਸਲੇ ਚੱਕੇ ਵੀ ਅਸੀਂ ਇਹ ਹੱਲ ਨਹੀਂ ਕੀਤੇ, ਹੁਣ ਕੁਰਸੀ ਮਿਲ ਗਈ ਹੈ ਇਹ ਮਸਲੇ ਹੱਲ ਹੋ ਜਾਣਗੇ ਹੁਣ? ਇੱਦਾਂ ਕਿਹਨੂੰ ਕੁਰਸੀ ਮਿਲ ਗਈ ਹੈ? ਕੁਰਸੀ ਤਾਂ 4.5 ਸਾਲ ਦੀ ਕੈਪਟਨ ਸਾਹਿਬ ਕੋਲ ਆ। ਨਵਜੋਤ ਤਾਂ ਪ੍ਰਧਾਨ ਹੈ, ਪ੍ਰਧਾਨ ਨੇ ਫੈਸਲੇ ਨਹੀਂ ਕਰਨੇ ਅਤੇ ਸਰਕਾਰ ਨੇ ਫੈਸਲੇ ਕਰਨੇ ਆ, ਸਰਕਾਰ ਇਹ ਸਵਾਲ ਸਰਕਾਰ ਕੋਲ ਹੈ, ਸਿੱਧੂ ਕੋਲ ਨਹੀਂ। ਸੋ ਮੇਰਾ ਖਿਆਲ ਆ ਹਾਈਕਮਾਂਡ ਸਿੱਧ ਕੈਪਟਨ ਸਾਹਿਬ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਕੈਪਟਨ ਸਾਹਿਬ ਜ਼ਰੂਰ ਕੁਛ ਨਾ ਕੁਛ ਕਰਨਗੇ ਅਤੇ ਜ਼ਰੂਰ ਹੋਏਗਾ ਕੁਛ ਨਾ ਕੁਛ। ਮੈਂ ਤੁਹਾਡੇ ਸਿਰਫ 2 ਮਿੰਟ ਹੋਰ ਲਊਂਗਾ, ਮੈਨੂੰ ਪਤਾ ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਕਿਉਂ ਲੋਕਾਂ ਦੇ ਵਿੱਚ ਇਹ ਮੈਸੇਜ ਚਲਾ ਗਿਆ ਵੀ ਹੁਣ ਮੱਦੇ ਜਿਹੜੇ ਨੇ ਉਹ ਕੁਰਸੀ ਦੇ ਨਾਲ ਚੁੱਪ ਹੋ ਜਾਣੇ ਆ, ਸ਼ਾਂਤ ਹੋ ਜਾਣੇ, ਜਿਵੇਂ ਲੀਡਰ ਕਰਦੇ ਹੁੰਦੇ ਆ ਕਿ ਚਲੋ ਵਿਰੋਧ ਕੀਤਾ ਉਧਰੋਂ ਕੁਰਸੀ ਮਿਲ ਗਈ ਆ, ਹੁਣ ਨਵਜੋਤ ਸਿੱਧੂ ਹੋਣਾ ਨੇ ਇਹ ਮਸਲੇ ਭੁੱਲ ਜਾਣੇ ਸਾਰੇ। ਚਲੋ ਇਹ ਸਮਾਂ ਦੱਸੇਗਾ ਜਾਂ ਨਵਜੋਤ ਸਿੱਧੂ ਹੋਰਾਂ ਦਾ ਪਿਆਰ ਦੱਸੇਗਾ। ਮੈਂ ਆਪਣੇ ਬਾਰੇ ਕੁਛ ਕਹਿ ਸਕਦਾ, ਮੈਂ ਸਿੱਧੂ ਸਾਹਿਬ ਦੇ ਆਉਣ ਵਾਲੇ ਸਮੇਂ ਬਾਰੇ ਕੀ ਕਹਿ ਸਕਦਾ ਵੀ ਸਿੱਧੂ ਸਾਹਿਬ ਕੀ ਕਰਨਗੇ? ਉਹਨਾਂ ਨੂੰ ਕੁਰਸੀ ਮਿਲੀ ਆ, ਪਹਿਲਾਂ ਉਹਨਾਂ ਨੂੰ ਕੰਮ ਕਰਨ ਦਿਓ, ਫਿਰ ਉਹਨਾਂ ਨੂੰ ਜੱਜ ਕਰਾਂਗੇ ਵੀ ਕੀ ਕਰਦੇ ਕੀ ਨਹੀਂ ਕਰਦੇ। ਮਤਲਬ ਇਹ ਨਾ 4.5 ਸਾਲ 'ਚ ਨਹੀਂ ਹੋਇਆ ਅਤੇ ਅਗਲੇ 4 ਮਹੀਨਿਆਂ ਦੇ ਵਿੱਚ ਹੋਜੂਗਾ ਮਸਲੇ ਹੱਲ? ਕਿਸੇ ਦਾ ਮਨ ਹੋਵੇ ਤਾਂ ਇੱਕ ਹਫ਼ਤੇ 'ਚ ਵੀ ਸਭ ਕੁਛ ਹੋ ਸਕਦਾ। ਚਲੋ ਦੇਖੋ, ਵਿਸ਼ ਕਰੀਏ ਵੀ ਪੰਜਾਬੀਆਂ ਦੇ ਭਲੇ ਲਈ ਸਰਕਾਰ ਸਭ ਕੁਛ ਕਰੇਗੀ। ਆਖਰੀ ਸਵਾਲ ਆ, ਤੁਸੀਂ ਨਵਜੋਤ ਸਿੱਧੂ ਨੂੰ ਦੇਖਣਾ ਚਾਹੁੰਦੇ ਹੋ ਸੀਐਮ ਕੇ ਕੈਪਟਨ ਸਾਹਿਬ ਨੂੰ ਦੇਖਣਾ ਚਾਹੁੰਦੇ ਹੋ? ਤੁਹਾਡਾ ਨਿੱਜੀ ਰਾਏ ਮੈਂ ਤੁਹਾਡੀ ਲਊਂਗਾ। ਮੇਰੀ ਨਿੱਜੀ ਰਾਏ ਕੋਈ ਮੈਨੇ ਨਹੀਂ ਰੱਖਦੀ, ਅਸੀਂ ਹਾਈਕਮਾਂਡ ਅੱਗੇ ਸਿਰ ਚੁਕਾਉਣਾ, ਜੋ ਹਾਈਕਮਾਂਡ ਕਰੇਗੀ ਉਹਨੂੰ ਸਿਰ ਉਹਦੇ ਅੱਗੇ ਸਿਰ ਚੁਕਾਵਾਂਗੇ, ਕਿਸੇ ਨੂੰ ਚੀਫ ਮਿਨਿਸਟਰ ਬਣਾ ਕੇ ਭੇਜ ਦੇਣ ਉਹਨੂੰ ਮੰਨਾਂਗੇ। ਇੱਕ ਗੱਲ ਮੈਨੂੰ ਯਾਦ ਆ ਗਈ, ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਦਾ ਝੁਕਾਵ ਜਿਹੜਾ ਵਾ ਬੀਜੇਪੀ ਵੱਲ ਹੋ ਰਿਹਾ, ਚਿੱਠੀ ਲਿਖਤੀ ਉਹਨਾਂ ਨੇ ਕਿ ਤੁਸੀਂ ਮਸਲਾ ਹੱਲ ਛੇਤੀ ਕਰੋ, ਹੁਣ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਸ਼ਾਇਦ ਬੀਜੇਪੀ ਦੇ ਵੱਲ ਨੂੰ ਹੋ ਸਕਦੇ ਨੇ? ਦੇਖੋ ਮੇਰੇ, ਮੈਂ ਕਦੇ ਇਹੋ ਜਿਹੀ ਗੱਲ ਸੋਚੀ ਨਹੀਂ, ਮੈਨੂੰ ਤਾਂ ਮੰਨਣ 'ਚ ਨਹੀਂ ਆਈ ਵੀ ਇਹੋ ਜਿਹੀ ਕੈਪਟਨ ਸਾਹਿਬ ਗੱਲ ਕਰ ਸਕਦੇ ਨੇ, ਪਤਾ ਨਹੀਂ, ਮੈਂ ਕੁਛ ਨਹੀਂ ਇਹਦੇ ਬਾਰੇ ਕੁਛ ਨਹੀਂ ਕਮੈਂਟ ਨਹੀਂ ਕਰ ਸਕਦਾ। ਮੈਨੂੰ ਯਾਦ ਤਾਂ ਆਇਆ ਕਿਉਂਕਿ ਤੁਹਾਨੂੰ ਵੀ ਯਾਦ ਹੋਣਾ, ਜਦੋਂ ਪ੍ਰਧਾਨ ਮੰਤਰੀ ਹੋਣੀ ਇੱਥੇ ਪੰਜਾਬ ਆਏ ਸੀਗੇ, ਤੁਸੀਂ ਜਦੋਂ ਹੈਲੀਕਾਪਟਰ 'ਤੇ ਉਹਨਾਂ ਨੂੰ ਛੱਡਣ ਗਏ ਤਾਂ ਉਹਨਾਂ ਨੇ ਤੁਹਾਡੇ ਹੱਥ ਸਲਾਮ ਭੇਜੀ ਸੀਗੀ ਕਿ ਕੈਪਟਨ ਸਾਹਿਬ ਨੂੰ ਮੇਰਾ ਸਲਾਮ ਆਖਿਓ, ਸਤਿ ਸ਼੍ਰੀ ਅਕਾਲ ਉਹਨਾਂ ਨੂੰ ਆਖਿਓ, ਕਿਉਂਕਿ ਨੇੜਤਾ ਜ਼ਿਆਦਾ ਹੈਗੀ ਹੈ ਤਾਂ ਕਰਕੇ ਕੰਸੂਆਂ ਲੱਗ ਰਹੀਆਂ ਨੇ। ਦੇਖੋ, ਇੱਕ ਚੀਫ ਮਿਨਿਸਟਰ ਦੀ, ਇੱਕ ਪ੍ਰਾਈਮ ਮਿਨਿਸਟਰ ਨਾਲ ਨੇੜਤਾ ਹੋਣੀ ਚਾਹੀਦੀ ਹੈ ਪੰਜਾਬ ਦੇ ਭਲੇ ਵਾਸਤੇ, ਕੰਟਰੀ ਦੀ ਸਿਕਿਉਰਿਟੀ ਵਾਸਤੇ। ਇੱਕ ਚੀਫ ਮਿਨਿਸਟਰ ਨੂੰ ਦੂਜੇ ਕੰਟਰੀ ਦੇ ਪ੍ਰਾਈਮ ਮਿਨਿਸਟਰ ਨਾਲ ਇੱਕ ਨੇੜਤਾ ਹੋਣੀ ਚਾਹੀਦੀ ਆ, ਜਿਹੜੀ ਨੇੜਤਾ ਉਹਨਾਂ ਦੀ ਹੈਗੀ ਆ। ਕੈਪਟਨ ਸਾਹਿਬ ਨਾਲ ਤੁਹਾਡੀ ਕੋਈ ਗੱਲ ਹੋਈ ਅਜੇ ਤੱਕ? ਤਾਂ ਉਹਨਾਂ ਵਧਾਈਆਂ ਵੀ ਨਹੀਂ ਦਿੱਤੀਆਂ, ਲੱਗਦਾ ਖੁਸ਼ ਨਹੀਂ ਗਏ ਕੈਪਟਨ ਸਾਹਿਬ। ਮੈਨੂੰ ਕਾਹਦੀ ਵਧਾਈ ਦੇਣੀ ਉਹਨਾਂ ਕੈਪਟਨ?
ਉਹ ਪਟਿਆਲੇ ਵਾਲੇ ਨੇ ਦੋਵੇਂ ਜਣੇ ਜਦੋਂ ਮਰਜ਼ੀ ਗੱਲ ਕਰ ਲੈਣਗੇ ਕਿਹੜੀ ਗੱਲ ਆ ਇੱਕੋ ਸ਼ਹਿਰ 'ਚ ਹੀ ਰਹਿੰਦੇ ਨੇ ਇੱਕੋ ਸ਼ਹਿਰ 'ਚ ਰਹਿੰਦੇ ਨੇ ਜੋ ਪਰਮਾਤਮਾ ਮਿਹਰ ਕਰੇਗਾ ਸਭ ਕੁਛ ਠੀਕ ਹੋਏ ਆਖਰੀ ਸਵਾਲ ਸਰ ਆਖਰੀ ਸਵਾਲ ਆ ਨਵਜੋਤ ਸਿੱਧੂ ਨੂੰ ਹਾਈਕਮਾਨ ਦੀ ਮਜਬੂਰੀ ਸੀਗੀ ਕਿ ਜਾਂ ਵਾਕਈ ਲੋੜ ਸੀਗੀ ਸਮੇਂ ਦੀ ਕਿ ਹੁਣ ਸਰਕਾਰ ਨਵਜੋਤ ਸਿੱਧੂ ਹੀ ਬਣਾ ਸਕਦੇ ਨੇ ਜੇ ਉਹਨਾਂ ਨੂੰ ਪ੍ਰਧਾਨ ਬਣਾਇਆ ਮਜਬੂਰੀ ਸੀਗੀ ਲੋੜ ਸੀ ਅਤੇ ਚਲੋ ਦੋਵੇਂ ਗੱਲਾਂ ਸੀ ਸਮੇਂ ਦੀ ਸਿਆਣਪ ਸੀ ਸਮੇਂ ਦੀ ਨਬਜ਼ ਦੇਖ ਕੇ ਹਾਈਕਮਾਂਡ ਨੇ ਵਧੀਆ ਕੰਮ ਕੀਤਾ ਵਾ ਹੁਣ ਇਹਨਾਂ ਦੋਵਾਂ ਦੀ ਜੋੜੀ ਜਿਹੜੀ ਆ ਉਹ ਕਾਂਗਰਸ ਨੂੰ ਸਿਰ 'ਤੇ ਪਹੁੰਚਾਏਗੀ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਧੰਨਵਾਦ ਧੰਨਵਾਦ ਸਮਾਂ ਦੇਣ ਦੇ ਲਈ ਸੋ ਇਹ ਨੇ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਨ੍ਹਾਂ ਨੇ ਕਿਹਾ ਹੈ ਕਿ ਸਮੇਂ ਦੀ ਲੋੜ ਸੀਗੀ ਨਵਜੋਤ ਹੋਣਾ ਨੂੰ ਪਾਰਟੀ ਦੇ ਵਿੱਚ ਰੱਖਣਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਟੋ ਕਲੇਸ਼ ਚੱਲ ਰਿਹਾ ਸੀ ਹਾਈਕਮਾਂਡ ਕਹਿ ਰਹੀ ਹੈ ਕਿ ਕਾਟੋ ਕਲੇਸ਼ ਹੁਣ ਹੱਲ ਹੋ ਗਿਆ ਹੈ ਪਰ ਇੱਕ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਨਾਲ ਕੈਪਟਨ ਵਰਸਿਸ ਨਵਜੋਤ ਸਿੱਧੂ ਹੋਇਆ ਪਿਆ ਹੈ ਉਹ ਅਜੇ ਵੀ ਕਲੇਸ਼ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਕੈਪਟਨ ਸਾਹਿਬ ਕਹਿੰਦੇ ਨੇ ਕਿ ਮੇਰੇ ਕੋਲੋਂ ਮਾਫ਼ੀ ਮੰਗ ਲਏ ਜਨਤਕ ਤੌਰ ਦੇ ਉੱਪਰ ਮਾਫ਼ੀ ਮੰਗੇ ਪਰ ਉੱਧਰ ਪ੍ਰਗਟ ਸਿੰਘ ਹੋਣਾ ਨੇ ਅੱਜ ਵੀ ਬਿਆਨ ਦੇ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਨਤਕ ਤੌਰ ਦੇ ਉੱਪਰ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਜਿਹੜੇ ਵਾਅਦੇ ਨਹੀਂ ਪੂਰੇ ਹੋਏ ਉਹ ਪੂਰੇ ਕਰਨ ਤਾਂ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੀ ਸਿਆਸੀ ਰਣਨੀਤੀ ਕੀ ਹੋਵੇਗੀ ਕੀ 2022 ਦੇ ਵਿੱਚ ਇਹ ਜਿਹੜਾ ਕਾਟੋ ਕਲੇਸ਼ ਆ ਉਹਦਾ ਇਫੈਕਟ 2022 ਦੀਆਂ ਚੋਣਾਂ ਦੇ ਉੱਪਰ ਪਵੇਗਾ ਜਾਂ ਨਹੀਂ ਕਿ ਜਾਂ ਫਿਰ ਇੱਕੋ ਮੰਚ ਦੇ ਉੱਪਰ ਕੈਪਟਨ ਸਿੱਧੂ ਦਿਖਾਈ ਦੇਣਗੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ